ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੀ ਸਰੋਤੇ ਨੂੰ ਜੀ ਆਇਆਂ ਨੂੰ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ ਦੀਵਾਲੀ ਮੌਕੇ ਕਿਵੇਂ ਦਾ ਰਹੇਗਾ ਮੌਸਮ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰਗ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ हां जी चंडीगढ़ मौसम ਦੇ ਸਬੰਧ ਵਿੱਚ ਕਈ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਚੰਗਾ ਮੀਂਹ ਪਿਆ ਸਿਰ ਤੋਂ ਬੱਦਲ ਛਾਈ ਸੰਤ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ ਇੱਕ ਕਮ ਮੀਦਰਜ ਕੀਤਾ ਗਿਆ ਅਚਾਨਕ ਪਏ ਮੀ ਦਾ ਪੱਡਾ ਅਸਰ ਤਾਪਮਨ ਦੇ ਦੇਖਣ ਨੂੰ ਮਿਲਿਆ ਮੀ ਤੋਂ ਬਾਅਦ ਦਿਨ ਦੇ ਪਾਰੇ ਦੇ ਵਿੱਚ 6 ਡਿਗਰੀ ਦੀ ਗਰਾਵੜ ਦਰਜ ਕੀਤੀ ਗਈ ਇਹ ਹੁਣ ਤੱਕ ਦੇ ਸੀਜ਼ਨ ਦਾ ਸਭ ਤੋਂ ਘੱਟ ਤੋਂ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾ ਰਿਕਾਰਡ ਕੀਤਾ ਗਿਆ 2 ਸਾਲਾਂ ਬਾਅਦ ਨਵੰਬਰ ਦੇ ਵਿੱਚ ਇੰਨਾ ਘੱਟ ਤਾਪਮਾ ਰਿਕਾਰਡ ਕੀਤਾ ਗਿਆ ਇਸ ਤੋਂ ਪਹਿਲਾਂ 2020 ਦੇ ਵਿੱਚ ਨਵੰਬਰ ਦੇ ਵਿੱਚ 19.2 ਡਿਗਰੀ ਤਾਪਮਾ ਰਿਕਾਰਡ ਕੀਤਾ ਗਿਆ ਇਸ ਤੋਂ ਬਾਅਦ 2021 ਦੇ ਵਿੱਚ 25.8 ਤੇ 2022 ਦੇ ਵਿੱਚ 23.9 ਡਿਗਰੀ ਦਰਜ ਕੀਤਾ ਗਿਆ ਉੱਤੇ ਘੱਟੋ ਘੱਟ ਤਾਪਮਾ 16.2 ਡਿਗਰੀ ਦਰਜ ਹੋਇਆ ਜੋ ਆਮ ਨਾਲ 2.9 ਡਿਗਰੀ ਘੱਟ ਰਿਹਾ ਚੰਡੀਗੜ੍ਹ ਮੌਸਮ ਕੇਂਦਰ ਦੇ ਮੁਤਾਬਿਕ ਦੀਵਾਲੀ ਵਾਲੇ ਦਿਨ ਮਤਲਬ ਕਿ ਐਤਵਾਰ ਤੋਂ ਲੈ ਕੇ ਅਗਲੇ 3 ਦਿਨ ਦੇ ਵਿੱਚ ਮੌਸਮ ਸਾਫ਼ ਰਹੇ ਦੇ ਹਸਾਰ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ